ਅਸੀਂ ਸੰਘਰਸ਼ 'ਚ ਡਟੇ ਵੀ ਰਹਾਂਗੇ। ਜੋ ਆਰਡੀਨੈਂਸ ਪਾਸ ਕੀਤੇ ਨੇ ਮੋਦੀ ਸਰਕਾਰ ਨੇ ਉਹ ਅਸੀਂ ਵਾਪਸ ਕਰਾ ਕੇ ਹਟਾਂਗੇ, ਆਪਣੀਆਂ ਖੁਸ਼ੀਆਂ ਵੀ ਨਾਲ ਬਰਕਰਾਰ ਰੱਖਾਂਗੇ। ਜੀ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਅਸੀਂ ਇਹ ਸਾਡੇ ਆਪਣੇ ਸੰਘਰਸ਼ ਦੇ ਮੈਦਾਨ 'ਚ ਉਤਰੇ ਹਾਂ, ਜਿਹੜੇ ਵੀ ਸਾਡੇ ਕੋਈ ਤਿਉਹਾਰ ਸਾਡੇ ਕੋਈ ਰੀਤੀ ਰਿਵਾਜ਼ ਆਉਣਗੇ, ਅਸੀਂ ਇਸੇ ਤਰ੍ਹਾਂ ਸੰਘਰਸ਼ ਦੇ ਮੈਦਾਨ 'ਚੋਂ ਉੱਠ ਕੇ ਇਸੇ ਤਰ੍ਹਾਂ ਝੰਡਿਆਂ ਦੇ ਨਾਲ ਮਨਾਉਂਦੇ ਰਹਾਂਗੇ ਤੇ ਇਸੇ ਤਿੰਨੇ ਆਰਡੀਨੈਂਸ ਨੇ ਜੋ ਅਸੀਂ ਵਾਪਸ ਕਰਾ ਕੇ ਹਟਾਂਗੇ। ਹੱਥਾਂ ਵਿੱਚ ਕਿਰਸਾਨੀ ਦੇ ਝੰਡੇ ਫੜ ਕੇ ਢੋਲ ਦੇ ਡੱਗੇ ਤੇ ਨੱਚ ਰਹੇ ਕਿਸਾਨਾਂ ਦੀਆਂ ਇਹ ਤਸਵੀਰਾਂ ਸੰਗਰੂਰ ਦੀਆਂ ਨੇ, ਜਿੱਥੇ ਕਿਰਸਾਨੀ ਅੰਦੋਲਨ ਦੇ ਚੱਲਦਿਆਂ ਕਿਸਾਨਾਂ ਨੇ ਆਪਣੇ ਪੁੱਤ ਨੂੰ ਕਿਰਸਾਨੀ ਝੰਡਿਆਂ ਹੇਠ ਫਿਉਣ ਦਾ ਫੈਸਲਾ ਕੀਤਾ, ਜਿਸ ਦੀ ਹੁਣ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ। ਗੱਲਬਾਤ ਦੇ ਦੌਰਾਨ ਲਾੜੇ ਦੇ ਪਿਤਾ ਨੇ ਦੱਸਿਆ ਕਿ ਅੱਜ ਉਸਦੇ ਪੁੱਤ ਦਾ ਵਿਆਹ ਹੈ। ਆਪਣੇ ਪੁੱਤ ਦੇ ਵਿਆਹ ਦੀ ਖੁਸ਼ੀ ਦੇ ਨਾਲ ਨਾਲ ਹੀ ਉਹ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਆਪਣੀਆਂ ਖੁਸ਼ੀਆਂ ਤੇ ਸੰਘਰਸ਼ ਨੂੰ ਏਦਾਂ ਹੀ ਬਰਕਰਾਰ ਰੱਖਣਗੇ। ਇਸ ਦੇ ਨਾਲ ਹੀ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਘਰਸ਼ ਦੇ ਚੱਲਦਿਆਂ ਸਾਡੇ ਜਿਹੜੇ ਵੀ ਤਿਉਹਾਰ ਤੇ ਰੀਤੀ ਰਿਵਾਜ ਆਉਣਗੇ ਉਸ ਨੂੰ ਇਸੇ ਤਰ੍ਹਾਂ ਹੀ ਸੰਘਰਸ਼ ਦੇ ਮੈਦਾਨ ਵਿੱਚੋਂ ਉੱਠ ਕੇ ਝੰਡਿਆਂ ਦੇ ਨਾਲ ਹੀ ਮਨਾਉਂਦੇ ਰਵਾਂਗੇ ਤੇ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਹਟਾਂਗੇ। ਸੰਘਰਸ਼ 'ਚ ਡਟੇ ਹੋਏ ਹਾਂ ਜੀ, ਪੂਰਾ ਸਾਡੇ ਬੇਟੇ ਦੀ ਸਾਦੀ ਹੈ ਅਤੇ ਅਸੀਂ ਸੰਘਰਸ਼ 'ਚ ਡਟੇ ਵੀ ਰਹਾਂਗੇ। ਜੋ ਆਰਡੀਨੈਂਸ ਪਾਸ ਕੀਤੇ ਨੇ ਮੋਦੀ ਸਰਕਾਰ ਨੇ ਉਹ ਅਸੀਂ ਵਾਪਸ ਕਰਾ ਕੇ ਹਟਾਂਗੇ, ਆਪਣੀਆਂ ਖੁਸ਼ੀਆਂ ਵੀ ਨਾਲ ਬਰਕਰਾਰ ਰੱਖਾਂਗੇ ਅਤੇ ਸੰਘਰਸ਼ ਵੀ ਬਰਕਰਾਰ ਰੱਖਾਂਗੇ। ਜੀ ਬਰਾਤ ਜੀ, ਅਸੀਂ ਜਿਹੜੇ ਆਪਣੇ ਮੋਦੀ ਸਰਕਾਰ ਨੇ 3 ਆਰਡੀਨੈਂਸ ਜਾਰੀ ਕੀਤੇ ਨੇ, ਕਾਲੇ ਕਾਨੂੰਨ ਛੋਪੇ ਨੇ ਜੀ, ਉਹ ਅਸੀਂ ਉਹਨਾਂ ਦੇ ਸੰਘਰਸ਼ ਦੇ ਉਹਨਾਂ ਦੇ ਵਿਰੁੱਧ ਅਸੀਂ ਸੰਘਰਸ਼ ਦੇ ਮੈਦਾਨ 'ਚ ਉਤਰੇ ਹੋਏਗੇ ਅਤੇ ਅੱਜ ਉਸ ਸੰਘਰਸ਼ ਦੇ ਮੈਦਾਨ 'ਚੋਂ ਅਸੀਂ ਅੱਜ ਸਾਡੇ ਭਰਾ ਦੀ ਸ਼ਾਦੀ ਸੀਗੀ, ਅਸੀਂ ਉਹ ਵਿਆਹ ਦੇ ਵਿੱਚ ਪਹੁੰਚੇ ਅਤੇ ਅਸੀਂ ਬਰਾਤ ਝੰਡਿਆਂ ਦੇ ਨਾਲ ਚੜ੍ਹਾਈ ਹੈਗੀ ਅਤੇ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਵੀ ਜਿਹੜੇ ਵੀ ਅਸੀਂ ਇਹ ਸਾਡੇ ਆਪਣੇ ਸੰਘਰਸ਼ ਦੇ ਮੈਦਾਨ 'ਚ ਉਤਰੇ ਹਾਂ, ਜਿਹੜੇ ਵੀ ਸਾਡੇ ਕੋਈ ਤਿਉਹਾਰ ਸਾਡੇ ਕੋਈ ਰੀਤੀ ਰਿਵਾਜ਼ ਆਉਣਗੇ ਅਸੀਂ ਇਸੇ ਤਰ੍ਹਾਂ ਸੰਘਰਸ਼ ਦੇ ਮੈਦਾਨ 'ਚੋਂ ਉੱਠ ਕੇ ਇਸੇ ਤਰ੍ਹਾਂ ਝੰਡਿਆਂ ਦੇ ਨਾਲ ਮਨਾਉਂਦੇ ਰਹਾਂਗੇ ਅਤੇ ਇਸੇ ਤਿੰਨੇ ਆਰਡੀਨੈਂਸ ਨੇ ਜੋ ਅਸੀਂ ਇਹ ਵਾਪਸ ਕਰਾ ਕੇ ਹਟਾਂਗੇ। ਨਹੀਂ, ਕਦੇ ਵੀ ਨਹੀਂ ਦੇਖੀ। ਕਿਸ ਤਰ੍ਹਾਂ ਲੱਗਦਾ ਝੰਡਿਆਂ ਵਾਲੀ ਬਰਾਤ? ਵਧੀਆ ਲੱਗਿਆ, ਜਦ ਤੱਕ ਕਿਸਾਨਾਂ ਨੂੰ ਹੱਕ ਨਹੀਂ ਮਿਲੇਗਾ ਅਸੀਂ ਚਾਹੁੰਦੇ ਵੀ ਇੱਦਾਂ ਹੀ ਬਰਾਤਾਂ ਚੜ੍ਹਨ। ਤੁਹਾਨੂੰ ਝੰਡਾ ਨਹੀਂ ਮਿਲਿਆ? ਤੇ ਕੋਈ ਗੱਲ ਨਹੀਂ, ਝੰਡਾ ਲੈ ਲਾਂਗੇ ਅਗਲੀ ਵਾਰ ਤੋਂ। ਹਾਂਜੀ, ਤੁਸੀਂ ਜੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਰਾਤ ਚੜ੍ਹਦੇ ਚੱਲ ਰਹੇ ਹੋ? ਵਧੀਆ ਲੱਗਿਆ ਜੀ। ਤੇ ਕੀ ਕਹੋਗੇ ਜਿਹੜੇ ਹੱਕ ਨੇ ਕਿਸਾਨਾਂ ਨੂੰ? ਸਾਨੂੰ ਮਿਲਨੇ ਚਾਹੀਦੇ ਨੇ, ਮਿਲਨੇ ਚਾਹੀਦੇ ਨੇ। ਹਾਂਜੀ, ਤੇ ਨਹੀਂ ਅਸੀਂ ਤੇਰੀ ਬਰਾਤਾਂ ਜਦੋਂ ਚੱਲੇ ਲੱਗੇ ਐਵੇਂ ਬਰਾਤਾਂ ਦੇ ਕੇ ਜਿੰਨਾ ਕਰ ਸਾਨੂੰ ਹੱਕ ਨਹੀਂ ਮਿਲਨੇਗੇ ਉਹਨਾਂ ਤੱਕ ਅਸੀਂ ਐਵੇਂ ਬਰਾਤਾਂ ਚੜਾਂਗੇ। ਦੱਸ ਦਈਏ ਕਿ ਜੇ ਇੰਝ ਹੀ ਸਾਰੇ ਕਿਸਾਨ ਆਪਣੇ ਜ਼ਰੂਰੀ ਕੰਮਾਂ ਦੇ ਨਾਲ ਨਾਲ ਧਰਨਿਆਂ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਮੋਦੀ ਸਰਕਾਰ ਕਿਸਾਨਾਂ ਅੱਗੇ ਗੋਡੇ ਟੇਕ ਕੇ ਕਾਨੂੰਨਾਂ ਨੂੰ ਰੱਦ ਕਰਕੇ ਹੀ ਹਟੇਗੀ। ਸੰਗਰੂਰ ਤੋਂ ਤੇਜਿੰਦਰ ਸ਼ਰਮਾ ਦੀ ਰਿਪੋਰਟ, ਸਪੋਕਸਮੈਨ ਟੀਵੀ।